ਸਤਿਕਾਰ ਸੋਤੇ ਹੋ ਤੁਸੀਂ ਟਿਊਨ ਕੀਤਾ ਹੈ 90.4 ਅਵਤਾਰ ਰੇਡੀਓ ਸੀਚੇਵਾਲ ਕੁਦਰਤ ਦੀ ਆਵਾਜ਼ ਜੋ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਚੱਲਣ ਵਾਲਾ ਪਹਿਲਾ ਕਮਿਊਨਿਟੀ ਰੇਡੀਓ ਸਟੇਸ਼ਨ। अवतार कम्युनिटी रेडियो के द्वारा बच्चों को शिक्षा प्रदान की जा रही है और यह कम्युनिटी रेडियो संत अवतार सिंह मेमोरियल कॉलेज के बच्चों के ही द्वारा चलाया जा रहा है। सत श्री अकाल भैनों, तुसी सुनोगे प्रोग्राम त्रिंजन, तुसी सुन रहे हो अवतार रेडियो 90.4 ते कुदरत दी आवाज। मैं संत अवतार मेमोरियल कॉलेज सीचेवाल विच MSc सेकंड ईयर दी स्टूडेंट हां। ਜਿਹੜੀ ਸਾਡੀ ਰੇਡੀਓ ਹੈ, ਇਸ ਦਾ ਮੁੱਖ ਮੰਤਵ ਹੈ ਕਿ ਜਿਹੜੀ ਕੁਦਰਤ ਨਾਲ ਰਿਲੇਟਡ ਪ੍ਰੋਬਲਮਸ ਹੈ ਉਹਦੇ ਬਾਰੇ ਲੋਕਾਂ ਨੂੰ ਅਵੇਅਰ ਕਰਨਾ, ਉਹ ਕਿਵੇਂ ਕਿਵੇਂ ਵਾਤਾਵਰਨ ਨੂੰ ਸਾਫ਼ ਕਰ ਸਕਦੇ ਨੇ। ਅਵਤਾਰ ਕਮਿਊਨਿਟੀ ਰੇਡੀਓ ਦੇ ਦੁਆਰਾ ਕਿਸਾਨੋਂ ਕੋ ਕ੍ਰਿਸ਼ੀ ਸੰਬੰਧੀ ਜ਼ਰੂਰੀ ਜਾਣਕਾਰੀ ਜੈਸੇ ਨਵੇਂ ਪ੍ਰਕਾਰ ਕੇ ਬੀਜ, ਕ੍ਰਿਸ਼ੀ ਕੇ ਢੰਗ ਆਦਿ ਸੇ ਅਵਗਤ ਕਰਵਾਇਆ ਜਾ ਰਿਹਾ ਹੈ। ਇਹ ਰੇਡੀਓ ਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਆ, ਖੇਤੀਬਾੜੀ ਲਈ ਅੱਗੋਂ ਮੌਸਮ ਬਾਰੇ ਵੀ ਅੱਗੋਂ ਦੱਸ ਦਿੰਦੇ ਆ, ਕਈ ਖੇਤੀਬਾੜੀ ਮਾਹਰ ਯੂਨੀਵਰਸਿਟੀ ਦੇ ਆ ਕੇ ਰੇਡੀਓ 'ਤੇ ਬੋਲਦੇ ਆ, ਸਾਨੂੰ ਆਪਣੇ ਇਲਾਕੇ ਦੇ ਵਿੱਚ ਪਤਾ ਲੱਗ ਜਾਂਦਾ ਵੀ ਇਹ ਮੌਸਮ ਇਸ ਹਿਸਾਬ ਨਾਲ, ਅੱਗੋਂ ਬਿਮਾਰੀਆਂ ਦਾ ਦੱਸਿਆ ਜਾਂਦਾ। ਅਵਤਾਰ ਕਮਿਊਨਿਟੀ ਰੇਡੀਓ ਕੇ ਦੁਆਰਾ ਸਥਾਨੀ ਲੋਕੋਂ ਕੋ ਵਾਤਾਵਰਨ ਹੇਤੂ ਜਾਗਰੂਕ ਕੀਆ ਜਾ ਰਹਾ ਹੈ, ਜਿਸਕੇ ਫਲਸਵਰੂਪ ਆਸ ਪਾਸ ਕੇ ਗੰਦੇ ਨਾਲੋਂ ਕੋ ਆਮ ਲੋਕੋਂ ਕੇ ਦੁਆਰਾ ਸਵੱਛ ਰੱਖਣੇ ਮੇਂ ਯੋਗਦਾਨ ਦਿਆ ਜਾ ਰਹਾ ਹੈ। ਅਵਤਾਰ ਰੇਡੀਓ ਦੇ ਵਿੱਚ ਅਸੀਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਸੋਚ ਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ, ਕਿਉਂਕਿ ਇਸ ਵਕਤ ਜ਼ਰੂਰਤ ਹੈ। ਜਿਸ ਤਰ੍ਹਾਂ ਪੰਜਾਬ ਦੇ ਪਾਣੀ ਖਰਾਬ ਹੁੰਦੇ ਜਾ ਰਹੇ ਨੇ ਅਤੇ ਪੂਰਾ ਪੰਜਾਬ ਇੱਕ ਕੈਂਸਰ ਬੈਲਟ ਬਣ ਕੇ ਉੱਭਰਿਆ, ਉਸ ਦੇ ਵਿੱਚ ਜ਼ਰੂਰਤ ਹੈ ਕਿ ਅਸੀਂ ਮਾਨਸਿਕ ਤੰਦਰੁਸਤੀਆਂ ਦੀ ਗੱਲ ਕਰੀਏ, ਸਰੀਰਕ ਤੰਦਰੁਸਤੀਆਂ ਦੀ ਗੱਲ ਕਰੀਏ, ਅਤੇ ਇਸੇ ਦੇ ਵਿੱਚ ਹੀ ਆਉਣ ਵਾਲੀ ਕੁਦਰਤ ਦੇ ਮੈਨੂੰ ਲੱਗਦਾ ਕਿ ਤਮਾਮ ਭੇਤ ਲੁਕੇ ਹੋਏ ਨੇ, ਜਿਸ ਦੇ ਵਿੱਚ ਅਸੀਂ ਹੱਸਦਾ ਖੇਡਦਾ ਇੱਕ ਰੋਸ਼ਨ ਜਹਾਨ ਵੇਖ ਸਕਾਂਗੇ। ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕ ਆ, ਜਿਹਨਾਂ ਕੋਲ ਬਹੁਤ ਗਿਆਨ ਹੁੰਦਾ ਪਰ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਤੱਕ ਉਹਨਾਂ ਦੀ ਪਹੁੰਚ ਨਹੀਂ ਹੁੰਦੀ, ਜਿਹੜਾ ਕਮਿਊਨਿਟੀ ਰੇਡੀਓ ਥੱਲੜੇ ਲੈਵਲ ਦੇ ਉੱਤੇ ਉਹਨਾਂ ਲੋਕਾਂ ਨੂੰ ਮੌਕੇ ਪ੍ਰਦਾਨ ਕਰਦਾ ਬੋਲਣ ਦੇ, ਆਪਣਾ ਟੈਲੈਂਟ ਲੋਕਾਂ ਤੱਕ ਪਹੁੰਚਾਉਣ ਦੇ, ਜਾਂ ਪਿੰਡਾਂ ਵਿੱਚ ਕੋਈ ਕੀ ਵਿਸ਼ੇਸ਼ ਹੋ ਰਿਹਾ ਜਾਂ ਕਿਹੜੇ ਵਿਸ਼ੇਸ਼ ਲੋਕ ਆ ਕੀ ਕਰ ਸਕਦੇ ਆ, ਉਹ ਸਾਰਿਆਂ ਨੂੰ ਕਮਿਊਨਿਟੀ ਰੇਡੀਓ ਦੇ ਉੱਤੇ ਮੌਕਾ ਮਿਲਦਾ ਆਪਣੀ ਜਿਹੜੀ ਗੱਲ ਕਹਿਣ ਦਾ। ਅਤੇ ਬਹੁਤ ਜਿਹੜਾ ਕੁਝ ਜਿਹੜਾ ਪਿੰਡਾਂ ਵਿੱਚ ਆਲੇ ਦੁਆਲੇ ਹੋ ਰਿਹਾ ਉਹ ਆਮ ਲੋਕਾਂ ਤੱਕ ਉਹ ਜਿਹੜੀ ਗੱਲ ਆ ਉਹ ਪਹੁੰਚਦੀ ਆ, ਜਿਹੜੀ ਕਿ ਆਮ ਵੱਡੇ ਚੈਨਲਾਂ ਤੱਕ ਜਿਹੜੀ ਹੈ ਉਹਦੀ ਉਹਨਾਂ ਦੀ ਪਹੁੰਚ ਨਹੀਂ ਹੁੰਦੀ। ਸੋ ਇਸ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿ ਕੁਦਰਤ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ।